ਐਸਐਸਪੀ ਦੀ ਵੱਡੀ ਖਬਰ ਦੋ ਜ਼ਿਲ੍ਹਿਆਂ ਦੇ ਐਸਐਸਪੀ ਬਦਲ ਦਿੱਤੇ ਗਏ ਨੇ ਦੋਨੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਵੱਡਾ ਵਿਵਾਦ ਉੱਠਿਆ ਸੀ ਚਾਹੇ ਮੁਕਸਰ ਦਾ ਐਸਐਸਪੀ ਹਰਮਨਬੀਰ ਸਿੰਘ ਗਿੱਲ ਹੋਣ ਚਾਹੇ ਤਰਨਤਾਰਨ ਦਾ ਐਸਐਸਪੀ ਗੁਰਮੀਤ ਸਿੰਘ ਚਾਹਾਨ ਹੋਣ ਦੋਨੇ ਪੰਜਾਬ ਸਰਕਾਰ ਵੱਲੋਂ ਬਦਲ ਦਿੱਤੇ ਗਏ ਨੇ ਤੇ ਤਬਾਦਲੇ ਕੀਤੇ ਗਏ ਨੇ ਅਹੁਦੇ ਖੋਲੇ ਗਏ ਨੇ ਪਰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਅਗਰ ਮੁਕਸਰ ਦੇ ਐਸਐਸਪੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਤੇ ਵੀ ਇਸ ਮਸਲੇ ਦੇ ਵਿੱਚ ਗਾਜ ਡਿੱਗੀ ਹੈ ਕਿਉਂਕਿ ਜਿਹੜਾ ਇੱਕ ਵਕੀਲ ਦੇ ਨਾਲ ਅਨਤਸ਼ੱਦਤ ਕੀਤਾ ਗਿਆ ਅਨਮਨੁੱਖੀ ਵਰਤਾਰਾ ਕੀਤਾ ਗਿਆ ਸੀ ਉਹਦੇ 'ਚ ਚਾਹੇ 7 ਜਾਣਿਆਂ ਦੇ ਖਿਲਾਫ ਮੁਕਦਮੇ ਦਰਜ ਹੋਏ ਨੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਇੱਕ ਐਸਪੀ ਲੈਵਲ ਦਾ ਇੱਕ ਇਨਸਪੈਕਟਰ ਲੈਵਲ ਦੇ ਅਧਿਕਾਰੀ ਗ੍ਰਿਫਤਾਰ ਵੀ ਕੀਤੇ ਗਏ ਨੇ ਏਕਨ ਪੰਜਾਬ ਦੇ ਵਕੀਲਾਂ ਨੇ ਜਿਹੜੇ ਹੜਤਾਲ ਲਗਾ ਦਿੱਤੀ ਸੀ ਸੱਦਾ ਦਿੱਤਾ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਦਬਾਅ ਦੇ ਵਿੱਚ ਆਈ ਮੁਕਦਮਾ ਦਰਜ ਹੋਇਆ ਹਾਲਾਂਕਿ ਮੁਖਸਰ ਪੁਲਿਸ ਨੇ ਤਿੰਨ ਦਿਨ ਬਾਅਦ ਮੁਕਦਮਾ ਦਰਜ ਕੀਤਾ ਗਿਆ ਹਾਲਾਂਕਿ ਜ਼ਿੰਮੇਵਾਰੀ ਮੁਕਸਰ ਦੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਹੋਣਾ ਦੇ ਉਦੋਂ ਹੀ ਬਣ ਜਾਂਦੀ ਸੀ ਜਿੱਦਨ ਕੋਰਟ ਨੇ ਪਰਚਾ ਦਰਜ ਕਰਨ ਦੇ ਆਦੇਸ਼ ਦਿੱਤੇ ਸੀ ਲੇਕਿਨ ਉਸ ਤੋਂ ਬਾਅਦ ਸਰਕਾਰ ਦੀ ਕਿਰਕ੍ਰਿਅ ਹੋਈ ਵਕੀਲਾਂ ਦਾ ਰੋਸ ਵਧਦਾ ਗਿਆ ਸਰਕਾਰ ਦੇ ਪ੍ਰਤੀ ਤੇ ਫਿਰ ਜਿੱਥੇ ਵਕੀਲਾਂ ਦੀ ਜਿੱਤ ਹੋਈ ਉੱਥੇ ਹੀ ਮੁਕਦਮਾ ਦਰਜ ਕੀਤਾ ਗਿਆ ਗ੍ਰਿਫਤਾਰੀ ਹੋਈ ਗਈ ਤੇ ਨਾਲ ਦੀ ਨਾਲ ਹੁਣ ਐਸਐਸਪੀ ਜਿਹੜੇ ਮੁਕਸਰ ਸੀ ਹਰਮਨਬੀਰ ਸਿੰਘ ਗਿੱਲ ਹਰਮਨਬੀਰ ਸਿੰਘ ਗਿੱਲ ਦਾ ਤਬਾਦਲਾ ਕਰ ਦਿੱਤਾ ਉਹਨਾਂ ਦੀ ਜਗ੍ਹਾ ਹੁਣ ਭਾਗੀ ਰਤ ਸਿੰਘ ਮੀਨਾ ਜਿਹੜੇ 2013 ਬੈਚ ਦੇ ਆਈਪੀਐਸ ਅਫੀਸਰ ਨੇ ਜਿਹੜੇ ਇਸ ਟਾਈਮ ਆਈਆਈਜੀ ਏਆਈਜੀ ਪਰਸਨਲ ਦੋ ਲੱਗੇ ਹੋਏ ਸੀ ਉਹਨਾਂ ਨੂੰ ਮੁਖਸਰ ਦਾ ਨਵਾਂ ਐਸਐਸਪੀ ਨਿਯੁਕਤ ਕਰ ਦਿੱਤਾ ਗਿਆ ਮਤਲਬ ਹਰਮਨਬੀਰ ਸਿੰਘ ਗਿੱਲ ਨੂੰ ਵੱਡਾ ਝਟਕਾ ਕਿ ਉਹਨਾਂ ਤੇ ਇਲਜ਼ਾਮ ਸੀ ਕਿ ਉਹਨਾਂ ਨੇ ਮੌਕੇ ਤੇ ਕੋਈ ਕਾਰਵਾਈ ਨਹੀਂ ਕੀਤੀ ਹਾਲਾਂਕਿ ਜ਼ਿੰਮੇਵਾਰੀ ਉਸ ਤੇ ਬੰਨ੍ਹ ਜਾਂਦੀ ਸੀ ਜਿੱਦਨ ਸੈਸ਼ਨ ਅਦਾਲਤ ਵੱਲੋਂ ਪੁਲਿਸ ਅਧਿਕਾਰੀਆਂ ਦੇ ਖਿਲਾਫ ਪਰਚਾ ਦਰਜ ਕਰਨ ਦੇ ਆਦੇਸ਼ ਦਿੱਤੇ ਗਏ ਸੀ ਅਦਾਲਤ ਦੇ ਵੀ ਹੁਕਮ 3 ਦਿਨ ਬਾਅਦ ਲਾਗੂ ਕੀਤੇ ਗਏ ਨੇ ਜਦੋਂ ਵਕੀਲਾਂ ਦਾ ਰੋਸ ਮੁਕਸਰ ਤੋਂ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਤੱਕ ਪਹੁੰਚ ਗਿਆ ਦੂਜੇ ਜਿਹੜੇ ਐਸਐਸਪੀ ਬਦਲੇ ਗਏ ਨੇ ਬੀਤੇ ਦੇਣੀ ਜਿਹੜੇ ਨੇ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਮਨਜਿੰਦਰ ਸਿੰਘ ਲਾਲਪੁਰੇ ਦੇ ਜਿਹੜੇ ਪਣਮਈਆ ਵਾ ਉਹਨਾਂ ਤੇ ਮਾਈਨਿੰਗ ਦੇ ਦੋਸ਼ ਲੱਗੇ ਸਨ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਪਰ ਮਈਏ ਸਮੇਤ 10 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਤੋਂ ਬਾਅਦ ਮਨਜਿੰਦਰ ਸਿੰਘ ਲਾਲਪੁਰਾ ਹੋਣੀ ਪੂਰੇ ਤੱਤੇ ਹੋਏ ਨੇ ਉਹਨਾਂ ਨੇ ਸਿੱਧੇ ਤੌਰ ਤੇ ਚੈਲੰਜ ਕੀਤਾ ਮੈਨੂੰ ਸਿਕਿਉਰਿਟੀ ਪ੍ਰਵਾਹ ਨਹੀਂ ਹੈ ਜੋ ਕੁਝ ਤੂੰ ਕਰਨਾ ਕਰ ਲੈ ਇਹਨਾਂ ਜਿਹੜਾ ਮਸਲਾ ਉਲਝਿਆ ਹੈਗਾ ਤੇ ਜਿਸ ਤੋਂ ਬਾਅਦ ਹਾਲਾਂਕਿ ਜਿਹੜੇ ਦੋਸ਼ ਲੱਗੇ ਸੀ ਕਿ ਜਿਹੜਾ ਸੀਆਈ ਇਨਚਾਰਜ ਆ ਉਹ ਕਿਵੇਂ ਉਹਨੇ ਕਿਹਾ ਸੀ ਕਿ ਉਹ ਪੈਸੇ ਦਿੰਦੇ ਨਹੀਂ ਇਥੋਂ ਤੱਕ ਜਿਹੜੇ ਦੋਸ਼ ਲੱਗੇ ਉਸ ਤੋਂ ਬਾਅਦ ਗੁਰਬੀਰ ਸਿੰਘ ਚੋਹਾਨ ਹੋਣਾ ਨੇ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਕਿ ਜਿਹੜੇ ਮੇਰੇ ਤੇ ਦੋਸ਼ ਲੱਗੇ ਨੇ ਝੂਠੇ ਨੇ ਇਸ ਦੀ ਜਾਂਚ ਤੇ ਵੱਡੇ ਅਧਿਕਾਰੀ ਕਰ ਸਕਦੇ ਨੇ ਲੇਕਿਨ ਉਹਨਾਂ ਨੂੰ ਹੁਣ ਤਰਨਤਾਰ ਦੇ ਅਹੁਦੇ ਤੋਂ ਐਸਐਸਪੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਹੁਣ ਅਸ਼ਮੀ ਅਸ਼ਵਨੀ ਕਪੂਰ ਜੋ 2010 ਬੈਚ ਦੇ ਆਈਪੀਐਸ ਆਫੀਸਰ ਨੇ ਜਿਹੜੇ ਇਸ ਟਾਈਮ ਏਆਈਜੀ ਮਹਾਲੀ ਲੱਗੇ ਹੋਏ ਸੀ ਉਨਾਂ ਨੂੰ ਤਰਨਤਾਰ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਦੋ ਐਸਐਸਪੀ ਸਰਕਾਰ ਨੇ ਚਟਕਾ ਦਿੱਤੇ ਨੇ ਇੱਕ ਮੁਕਸਰ ਦੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਦੂਜੇ ਤਰਨਤਾਰ ਦੇ ਐਸਐਸਪੀ ਜਿਹੜੇ ਨੇ ਗੁਰਮੀਤ ਸਿੰਘ ਚੋਹਾਨ ਇਹਨਾਂ ਨੂੰ ਹਾਲੇ ਤੱਕ ਜਿਹੜੀ ਨਵੀਂ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਉਹ ਸਿਰਫ ਫਿਲਹਾਲ ਹੁਣ ਡੀਜੀਪੀ ਗੌਰਵ ਜੱਧਵ ਨੂੰ ਹੀ ਰਿਪੋਰਟ ਕਰਨਗੇ ਔਰ ਇਸੇ ਤਰ੍ਹਾਂ ਜਿਹੜੇ ਲੁਧਿਆਣਾ ਦੇ ਜਿਹੜੇ ਆਈਜੀਸੀ ਕੌਸ਼ਤਵ ਸ਼ਰਮਾ ਉਹਨਾਂ ਕੋਲ ਵੀ ਅਹੁਦਾ ਵਾਪਸ ਲੈ ਕੇ ਧਨਪ੍ਰੀਤ ਕੌਰ ਆਈਪੀਐਸ ਅਫੀਸਰ 2006 ਬੈਚ ਦੇ ਜਿਹੜੇ ਐਸਐਮ ਡੀਆਈਜੀ ਪੰਜਾਬ ਪ੍ਰੋਵੀਜ਼ਨਿੰਗ ਲੱਗੇ ਹੋਏ ਸੀ ਉਹਨਾਂ ਨੂੰ ਲੁਧਿਆਣੇ ਦੀ ਨਵੀਂ ਡੀਆਈਜੀ ਨਿਯੁਕਤ ਕਰ ਦਿੱਤਾ ਗਿਆ ਉਹ ਕੌਸਤਬ ਸ਼ਰਮਾ ਦੀ ਜਗ੍ਹਾ ਲੈਣਗੇ ਔਰ ਇਸੇ ਤਰ੍ਹਾਂ ਗੁਰਸ਼ਰਨ ਸਿੰਘ ਸਿੰਧੂ ਜਿਹੜੇ 2001 ਬੈਚ ਦੇ ਆਈਪੀਐਸ ਅਫੀਸਰ ਨੇ ਜਿਹੜੇ ਇਸ ਟਾਈਮ ਆਈਜੀ ਕ੍ਰਾਈਮ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਵਿੱਚ ਕੰਮ ਕਰ ਰਹੇ ਸੀ ਉਹਨਾਂ ਨੂੰ ਆਈਜੀ ਫਰੀਦਕੋਟ ਲਗਾ ਦਿੱਤਾ ਗਿਆ ਉਹ ਆਈਪੀਐਸ ਅਜੇ ਮਲੂਜਾ ਦੀ ਜਗ੍ਹਾ ਲੈਣਗੇ ਤੇ ਇਸੇ ਤਰ੍ਹਾਂ ਮੁਖਵਿੰਦਰ ਸਿੰਘ ਸ਼ੀਨਾ ਜਿਹੜੇ ਐਸ ਟਾਈਮ ਆਈਜੀ ਪਟਿਆਲਾ ਸਨ ਕਿਉਂਕਿ ਉਹਨਾਂ ਨੂੰ ਤਰੱਕੀ ਦਿੱਤੀ ਗਈ ਉਹ ਐਸ ਟਾਈਮ ਏਡੀਜੀਪੀ ਰੈਂਕ ਦੇ ਅਧਿਕਾਰੀ ਬਣ ਗਏ ਨੇ ਉਹਨਾਂ ਨੂੰ ਹੁਣ ਪਟਿਆਲਾ ਰੇਂਜ ਦੇ ਹੀ ਏਡੀਜੀਪੀ ਨੁਕਤ ਕੀਤਾ ਗਿਆ ਲੇਕਿਨ ਕੁੱਲ ਮਿਲਾ ਕੇ ਜਿਹੜੇ ਦੋ ਅਫਸਰਾਂ ਤੇ ਝਟਕਾ ਲੱਗਾ ਜਿਨ੍ਹਾਂ ਵਿੱਚ ਹਰਮਨਬੀਰ ਸਿੰਘ ਗਿੱਲ ਜਿਨ੍ਹਾਂ ਨੂੰ ਮੁਕਸਰ ਦੇ ਐਸਐਸਪੀ ਤੋਂ ਅਹੁਦਾ ਉਹਨਾਂ ਕੋਲ ਵਾਪਸ ਲੈ ਲਿਆ ਤੇ ਨਾਲ ਦੀ ਨਾਲ ਤਰਨਤਾਰ ਦੇ ਜਿਹੜੇ ਐਸਐਸਪੀ ਨੇ ਗੁਰਮੀਤ ਸਿੰਘ ਚੋਹਾਂੜਾ ਉਹਨਾਂ ਕੋ ਵੀ ਐਸਐਸਪੀ ਸ਼ਿਪ ਲੈ ਲਈਆ ਤੇ ਹਰਮਨਬੀਰ ਸਿੰਘ ਗਿੱਲ ਤੇ ਗੁਰਮੀਤ ਸਿੰਘ ਚੌੜ ਜਿੱਥੇ ਇਹਨਾਂ ਨੂੰ ਨਵੀਂ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਉੱਥੇ ਹੀ ਕੋਸ਼ਤਬ ਸ਼ਰਮਾ ਜਿਹੜੇ 2001 ਕੇਡਰ ਦੇ ਆਈਪੀਐਸ ਅਫੀਸਰ ਉਹਨਾਂ ਨੂੰ ਨਈਂ ਜ਼ਿੰਮੇਵਾਰੀ ਦਿੱਤੀ ਗਈ ਹੈ ਤਿੰਨ ਜਾਣਿਆਂ ਨੂੰ ਹਲੇ ਨਵੀਂ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਲੇਕਿਨ ਵਿਵਾਦ ਵੱਡਾ ਸੀ ਮੁਕਸਰ ਵਾਲਾ ਵੀ ਵਿਵਾਦ ਵੱਡਾ ਸੀ ਕਿ ਕਿਵੇਂ ਇੱਕ ਵਕੀਲ ਤੇ ਟਾਰਚਰ ਕੀਤਾ ਗਿਆ ਐਸਐਸਪੀ ਨੇ ਸ਼ਾਇਦ ਜ਼ਿੰਮੇਵਾਰੀ ਨਾ ਸਮਝੀ ਹੋਵੇ ਕਿਉਂਕਿ ਵਕੀਲਾਂ ਦੀ ਮੰਗ ਸੀ ਕਿ ਐਸਐਸਪੀ ਨੂੰ ਬਦਲਿਆ ਜਾਣਾ ਉੱਥੇ ਚਾਹੀਦਾ ਉਸ ਤੋਂ ਬਾਅਦ ਸਰਕਾਰ ਨੂੰ ਐਐਸਆਈਟੀ ਬਣਾਉਣੀ ਪਈ ਐਐਸਆਈਟੀ ਦੀ ਜਿਹੜੀ ਜ਼ਿੰਮੇਵਾਰੀ ਉਹ ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਹੋਣਾ ਨੂੰ ਦਿੱਤੀ ਗਈ ਹੈ ਤੇ ਲਾਜ਼ਮੀ ਤੌਰ ਤੇ ਹੁਣ ਇਹ ਦੋ ਪੁਲਿਸ ਅਫਸਰਾਂ ਵਾਸਤੇ ਵੱਡਾ ਝਟਕਾ ਮੁਕਸਰ ਦੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਤੇ ਤਰਨਤਾਰਨ ਦੇ ਐਸਐਸਪੀ ਗੁਰਮੀਤ ਸਿੰਘ ਚੋਹਾਨ ਇਸ ਮਸਲੇ ਦੇ ਵਿੱਚ ਪੰਜਾਬ ਦੇ ਸਿਆਸੀ ਲੀਡਰ ਕੀ ਕੁਝ ਆਪਣੇ ਬਿਆਨਬਾਜ਼ੀ ਕਰਗੇ ਲੇਕਿਨ ਜਿੱਥੇ ਤੱਕ ਵਕੀਲਾਂ ਦਾ ਮਸਲਾ ਵਕੀਲ ਦੇ ਨਾਲ ਜਿਸ ਹੱਬ ਦੇ ਨਾਲ ਅਨਮਨੁੱਖੀ ਤਸ਼ੱਦਦ ਕੀਤਾ ਗਿਆ ਜਿਸ ਤਰ੍ਹਾਂ ਜਲੀਲ ਕੀਤਾ ਗਿਆ ਉਹਦੇ ਵਾਸਤੇ ਲਾਜ਼ਮੀ ਤੌਰ ਤੇ ਗਲਤੀ ਭਾਵੇਂ ਹੇਠਲੇ ਪੁਲਿਸ ਅਫਸਰਾਂ ਦੀ ਹੋਵੇ ਏਕਨ ਜਿਹੜਾ ਇਲਾਕੇ ਦਾ ਜ਼ਿਲ੍ਹੇ ਦਾ ਐਸਐਸਪੀ ਹੁੰਦਾ ਉਹ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ ਸ਼ਾਇਦ ਅਗਰ ਮੌਕੇ ਤੇ ਹੀ ਜਿਹੜੇ ਅਦਾਲਤ ਵੱਲੋਂ ਹੁਕਮ ਦਿੱਤੇ ਗਏ ਹੀ ਪਰਚਾ ਦਰਜ ਕਰ ਦਿੰਦੇ ਤੇ ਸ਼ਾਇਦ ਵਕੀਲਾਂ ਦਾ ਜਿਹੜਾ ਰੋਸ ਆ ਉਹ ਐਸਐਸਪੀ ਤੱਕ ਨਹੀਂ ਪਹੁੰਚਦਾ ਪਰ ਹੁਣ ਸੇਕ ਐਸਐਸਪੀ ਨੂੰ ਵੀ ਲੱਗਾ ਉਹਨਾਂ ਕੋ ਫਲਾਲ ਜਿਹੜੀ ਆ ਐਸਐਸਪੀ ਸ਼ਿਪ ਵਾਪਸ ਲੈ ਲਈ ਗਈ ਹੈ ਤੇ ਗੁਰਮੀਤ ਸਿੰਘ ਚੋਹਾਨ ਦਾ ਪੇਚਾ ਪੈ ਗਿਆ ਸੀ ਖਡੂਰ ਸਾਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਨਾਲ ਕਿਉਂਕਿ ਮਨਜਿੰਦਰ ਸਿੰਘ ਲਾਲਪੁਰੇ ਦਾ ਪਣਵਈਆ ਗ੍ਰਿਫਤਾਰ ਕੀਤਾ ਗਿਆ ਮਾਈਨਿੰਗ ਦੇ ਮਸਲੇ ਦੇ ਵਿੱਚ ਦੋਸਤੋ ਬਾਅਦ ਜਿੱਥੇ ਮਨਜਿੰਦਰ ਸਿੰਘ ਲਾਲਪੁਰਾ ਨੇ ਆਪਣੇ ਆਪ ਨੂੰ ਜਲੀਲ ਸਮਝਿਆ ਲਾਜ਼ਮੀ ਤੌਰ ਤੇ ਇਸ ਮਸਲੇ ਦੇ ਵਿੱਚ ਸਰਕਾਰ ਵੀ ਜਲੀਲ ਆਪਣੇ ਆਪ ਨੂੰ ਸਮਝਦੀ ਹੋਣੀ ਆ ਕਿ ਜੇ ਇੱਕ ਐਮਐਲਏ ਦੇ ਜੀਜੇ ਨੂੰ ਗ੍ਰਿਫਤਾਰ ਕੀਤਾ ਗਿਆ ਮਾਈਨਿੰਗ ਦੇ ਮਸਲੇ ਦੇ ਵਿੱਚ ਤੇ ਫਿਰ ਮਾਈਨਿੰਗ ਦਾ ਜਦੋਂ ਸਵਾਲ ਆਉਂਦਾ ਨਸ਼ਿਆਂ ਦਾ ਮਸਾਲਾ ਸਵਾਲ ਆਉਂਦਾ ਫਿਰ ਸਰਕਾਰਾਂ ਤੇ ਵੀ ਉਂਗਲ ਉਠਦੀ ਹੈ ਗਿਆ ਹੁਣ ਸਵਾਲ ਕਿ ਗੁਰਮੀਤ ਸਿੰਘ ਚੋਹਾਨ ਨੇ ਮਨਜਿੰਦਰ ਸਿੰਘ ਲਾਲਪੁਰੇ ਦਾ ਪਣਵਈਆ ਗ੍ਰਿਫਤਾਰ ਕਰਨ ਤੋਂ ਬਾਅਦ ਆਪਣੀ ਡੀਆਈਜੀ ਜਾਂ ਉੱਚ ਅਧਿਕਾਰੀਆਂ ਨੂੰ ਦੱਸਿਆ ਜਾਂ ਨਹੀਂ ਦੱਸਿਆ ਜੇ ਦੱਸਿਆ ਹੈਗਾ ਫਿਰ ਉਹਨਾਂ ਨੂੰ ਅਹੁਦੇ ਤੋਂ ਕਿਉਂ ਹਟਾਇਆ ਗਿਆ ਇਹ ਵੀ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡਾ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ